ਹਾਂਜੀ ਦੁਆਰਤੇ ਮੈਂ ਜੀ ਐਸ ਚਾਵਲਾ ਪ੍ਰੈਜੀਡੈਂਟ ਲੁਧਿਆਣਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅਸੀਂ ਬਹੁਤ ਟਾਈਮ ਸਭ ਨੂੰ ਅਪੀਲ ਕਰ ਰਹੇ ਹਾਂ ਕਿ ਜਿਹੜੇ ਇਹ ਨਸ਼ਾ ਮੁਕਤ ਪੰਜਾਬ ਦਾ ਇੱਕ ਨਾਰਾ ਦਿੱਤਾ ਗਿਆ ਜਾਂ ਤੰਦਰੁਸਤ ਪੰਜਾਬ ਦਾ ਨਾਰਾ ਦਿੱਤਾ ਗਿਆ ਉਹਦੀ ਆੜ ਦੇ ਹੇਠ ਸਾਡੇ ਕੈਮਿਸਟਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਏ ਬਟ ਹੁਣ ਹੋਇਆ ਕੀ ਹੈ ਕਿ ਜਿਹੜੇ ਸਾਡੇ ਲਾਇਸੈਂਸਿੰਗ ਹੋਲਡਰ ਨੇ ਜਿਹੜੇ ਸਾਡੇ ਵੈਲਿਡ ਲਾਇਸੈਂਸ 'ਤੇ ਅਸੀਂ ਬੈਠੇ ਹਾਂ ਉਹ ਡਰੱਗ ਐਂਡ ਕੋਸਮੈਟਿਕ ਐਕਟ ਦੇ ਅੰਡਰ ਆਉਂਦਾ ਅਤੇ ਵਿਦਾਊਟ ਡਰੱਗ ਇੰਸਪੈਕਟਰ ਸਾਡੀ ਦੁਕਾਨਾਂ ਕੋਈ ਵੀ ਚੈੱਕ ਨਹੀਂ ਕਰ ਸਕਦਾ ਬਟ ਹੁਣ ਕੀ ਹੋ ਰਿਹਾ ਕਿ ਆਮ ਤਹਿਸੀਲਦਾਰ ਪਟਵਾਰੀ ਤੱਕ ਡਾਕਟਰਸ ਤੱਕ ਸਭ ਨੂੰ ਕਿਹਾ ਗਿਆ ਕਿ ਸਾਰੀ ਦੁਕਾਨਾਂ ਚੈੱਕ ਕਰੋ ਉਹ ਥਰੂ ਆਊਟ ਜਿੱਥੇ ਕੋਈ ਵੀ ਬੰਦਾ ਗਲਤ ਕੰਮ ਨਹੀਂ ਕਰਦਾ ਉੱਥੇ ਵੀ 20 ਬੰਦੇ ਜਾ ਕੇ ਰੇਡ ਕਰ ਰਹੇ ਨੇ ਔਰ ਜਿਸ ਵੇਲੇ ਕੁਛ ਨਹੀਂ ਮਿਲਦਾ ਤਾਂ ਸੋਰੀ ਕਹਿ ਕੇ ਵਾਪਸ ਤੁਰ ਜਾਂਦੇ ਨੇ ਉਹਨਾਂ ਦੇ ਸੋਰੀ ਕਹਿਣ ਨਾਲ ਸਾਡਾ ਪਰਪਸ ਹੱਲ ਨਹੀਂ ਹੁੰਦਾ ਕਿਉਂਕਿ ਜਿਹੜੀ ਉੱਥੇ ਸੁਸਾਇਟੀ ਹੈ ਉਹਨਾਂ ਵਿੱਚ ਸਾਡੀ ਇਮੇਜ ਬਹੁਤ ਖਰਾਬ ਹੋ ਰਹੀ ਹੈ ਸਾਨੂੰ ਬਹੁਤ ਬਦਨਾਮ ਕੀਤਾ ਜਾ ਰਿਹਾ ਔਰ ਅਸੀਂ ਤੰਦਰੁਸਤ ਪੰਜਾਬ ਜਿਹੜਾ ਹੈਗਾ ਔਰ ਨਸ਼ਾ ਮੁਕਤ ਪੰਜਾਬ ਕਰਨ ਵਾਸਤੇ ਅਸੀਂ ਪੰਜਾਬ ਗੌਰਮੈਂਟ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਨੂੰ ਤਿਆਰ ਹਾਂ ਸਾਨੂੰ ਉਹ ਹੁਕਮ ਕਰੇ ਕਿ ਉਹਨਾਂ ਨੂੰ ਕੀ ਚਾਹੀਦਾ ਅਸੀਂ ਸਭ ਕੁਝ ਦੇਣ ਨੂੰ ਤਿਆਰ ਹਾਂ ਬਟ ਸਰ ਅਸੀਂ ਪੰਜਾਬ ਗੌਰਮੈਂਟ ਇੱਕੋ ਰਿਕੁਐਸਟ ਕਰ ਰਹੇ ਹਾਂ ਕਿ ਸਾਰੇ ਕੈਮਿਸਟਾਂ ਨੂੰ ਬਦਨਾਮ ਨਾ ਕਰੇ ਜਿਹੜੇ ਥੋੜ੍ਹੇ ਪਰਸੈਂਟੇਜ ਹੈ 1-2% ਦੀ ਉਹਨਾਂ 'ਤੇ ਕਾਰਵਾਈ ਕਰੇ ਜਿਹੜੇ ਵੱਡੇ ਮਗਰਮੱਛ ਨੇ ਜਿਹੜੇ ਮੇਨ ਸਪਲਾਇਰ ਨੇ ਉਸ ਸਪਲਾਈ ਚੇਨ ਨੂੰ ਕੱਟੇ ਔਰ ਅਸੀਂ ਗੌਰਮੈਂਟ ਦਾ ਪੂਰਾ ਸਾਥ ਦੇਵਾਂਗੇ ਜੋ ਉਹਨਾਂ ਨੂੰ ਇਨਫੋਰਮੇਸ਼ਨ ਚਾਹੀਦੀ ਹੈ ਅਸੀਂ ਉਹਨਾਂ ਨੂੰ ਦੇਵਾਂਗੇ ਬਟ ਸਾਡੀ ਪੁਰਜ਼ੋਰ ਅਪੀਲ ਹੈ ਗੌਰਮੈਂਟ ਨੂੰ ਕਿ ਸਾਡੇ ਸਾਰੇ ਕੈਮਿਸਟਾਂ ਨੂੰ ਬਦਨਾਮ ਨਾ ਕੀਤਾ ਜਾਏ ਔਰ ਸਾਡਾ ਕੱਲ੍ਹ ਸ਼ਾਮ ਦਾ ਬੰਦ ਦੀ ਕਾਲ ਸਾਰਾ ਲੁਧਿਆਣਾ ਡਿਸਟ੍ਰਿਕਟ ਬੰਦ ਹੋ ਚੁੱਕਾ ਹੈ ਔਰ ਜਿਹੜਾ ਕੁਛ ਰਹਿ ਵੀ ਗਿਆ ਉਹ ਅੱਜ ਤੋਂ ਬਿਲਕੁਲ ਕੰਪਲੀਟ ਹੜਤਾਲ 'ਤੇ ਚਲਾ ਜਾਏਗਾ ਸਾਡੀ ਜਿਹੜੀ ਨਾਲ ਲੱਗਦੀਆਂ ਮੰਡੀਆਂ ਨੇ ਜਿੱਦਾਂ ਜਗਰਾਓਂ ਸੁਧਾਰ ਮੁੱਲਾਪੁਰ ਖੰਨਾ ਸਾਹਨੇਵਾਲ ਇਹ ਸਾਰੀ ਮੰਡੀਆਂ ਸਾਡੇ ਨਾਲ ਬੰਦ ਵਿੱਚ ਪੂਰਾ ਸਾਡਾ ਸਾਥ ਦੇ ਰਹੀਆਂ ਨੇ ਔਰ ਸਾਰੀਆਂ ਮੋਸਟਲੀ ਮੰਡੇ ਨੂੰ ਅਸੀਂ ਅਗਲਾ ਕਦਮ ਸਾਡਾ ਇਹ ਹੋਏਗਾ ਕਿ ਜਿਹੜਾ ਲੁਧਿਆਣਾ ਦਾ ਕੈਮਿਸਟ ਹੈ ਉਹ ਸਾਰਾ ਇਕੱਠਾ ਡੀ ਸੀ ਆਫਿਸ ਦੇ ਬਾਹਰ ਇਕੱਠਾ ਹੋਏਗਾ ਔਰ ਸਾਡੀ ਇਹ ਪਲੈਨਿੰਗ ਅੱਜ ਹੋਏਗੀ ਕਿ ਅਸੀਂ ਚਾਬੀਆਂ ਉਹਨਾਂ ਨੂੰ ਦੇ ਦਈਏ ਔਰ ਜਿਹੜੇ ਸਾਡੀ ਤਹਿਸੀਲਾਂ ਨੇ ਉਹਨਾਂ ਦੇ ਸਾਰੇ ਕੈਮਿਸਟਾਂ ਨੂੰ ਅਸੀਂ ਕਹਿ ਰਹੇ ਹਾਂ ਕਿ ਉਹ ਸਾਰੀਆਂ ਚਾਬੀਆਂ ਇਕੱਠੀਆਂ ਕਰਕੇ ਉੱਥੇ ਜਿਹੜੇ SDM ਨੇ ਉਹਨਾਂ ਨੂੰ ਦੇ ਦੇਣ ਅਤੇ ਉਹਨਾਂ ਨੂੰ ਕਹਿ ਦੇਣ ਕਿ ਜਦ ਤੱਕ ਪੰਜਾਬ ਨਸ਼ਾ ਮੁਕਤ ਨਹੀਂ ਹੋ ਜਾਂਦਾ ਸਾਨੂੰ ਉਸ ਟਾਈਮ ਚਾਬੀਆਂ ਦੇ ਦੇਣਾ ਤਾਂ ਕਿ ਕਿੱਥੇ ਇਹ ਨਾ ਲੱਗੇ ਕਿਸੇ ਨੂੰ ਕਿ ਯਾਰ ਕੈਮਿਸਟ ਨਸ਼ਾ ਵੇਚ ਰਿਹਾ ਸਾਡਾ ਸਿਰਫ ਕਹਿਣ ਦਾ ਮਤਲਬ ਇਹੀ ਹੈ ਔਰ ਵਾਰ ਵਾਰ ਪੁਰਜ਼ੋਰ ਸਾਡੇ ਸਾਰੇ ਆਮ ਪਬਲਿਕ ਨੂੰ ਰਿਕੁਐਸਟ ਹੈ ਕਿ ਸਾਡਾ ਇਸ ਮੁਹਿੰਮ ਵਿੱਚ ਸਾਡਾ ਸਾਥ ਦਿਓ ਸਾਡੇ ਪ੍ਰੋਫੈਸ਼ਨ ਨੂੰ ਬਚਾਓ ਸਾਨੂੰ ਬਦਨਾਮ ਹੋਣ ਤੋਂ ਬਚਾਓ ਲੋਕਾਂ ਨੂੰ ਜਿਹੜੀ ਅਨਕਨਵੀਨੀਅੰਸ ਹੋ ਰਹੀ ਹੈ ਜਿਹੜਾ ਇਨਕਨਵੀਨੀਅੰਸ ਹੈ ਉਹਦੇ ਵਾਸਤੇ ਸਭ ਕੋਲ ਮਾਫ਼ੀ ਮੰਗਦੇ ਹਾਂ ਔਰ ਇਹ ਵੀ ਕਹਿੰਦੇ ਹਾਂ ਕਿ ਕਿਸੇ ਨੂੰ ਵੀ ਅਗਰ ਐਜ਼ ਏ ਹਿਊਮਨ ਪਰਸਨ ਕਿਸੇ ਨੂੰ ਵੀ ਕੋਈ ਐਮਰਜੈਂਸੀ ਮੈਡੀਸਨ ਦੀ ਲੋੜ ਹੈ ਅਸੀਂ ਹੈਲਪਲਾਈਨ ਅੱਜ ਆਪਣੇ ਉੱਥੇ ਜਾਰੀ ਕਰ ਦਾਂਗੇ ਹਰ ਤਹਿਸੀਲ ਦਾ ਕਰ ਦਾਂਗੇ ਜਿੱਥੇ ਵੀ ਕਿਸੇ ਨੂੰ ਐਮਰਜੈਂਸੀ ਲੋੜ ਪਏਗੀ ਉਹ ਫੋਨ ਕਰੇਗਾ ਉਸ ਨੂੰ ਘਰ ਬੈਠੇ ਉਹਨੂੰ ਉਹਦੀ ਮੈਡੀਸਨ ਮਿਲ ਜਾਏਗੀ